ਸਤਿ ਸ੍ਰੀ ਅਕਾਲ ਬਸਤੰਦਰ ਸਿੰਘ ਖਹਿਰਾ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਖਬਰਾਂ ਦੇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਿਗਾ ਮਾਰਦਿਆਂ ਚੋੜ੍ਹਦੀਆਂ ਖਬਰਾਂ ਤੇ ਹੁਸੈਨੀਵਾਲਾ ਚ ਸ਼ਹੀਦੀ ਸਮਾਰਕ ਤੇ ਨਤਮਸਤਕ ਹੋਏ ਸੀਐਮ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਨੇ ਜਾਰੀ ਕੀਤਾ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਸੀਐਮ ਬਣਨ ਤੋਂ ਬਾਅਦ ਸੰਗਰੂਰ ਚ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਲੱਗਾ ਪਹਿਲਾ ਦਰਨਾ ਪੰਜਾਬ ਸਰਕਾਰ ਨੇ ਕੀਤਾ 35000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇਤਿਹਾਸਿਕ ਫੈਸਲਾ ਸਖਿਆ ਮੰਤਰੀ ਮੀਤ ਹੇਰ ਨੇ ਸੰਭਾਲਿਆ ਅਹੁਦਾ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਪੰਜਾਬ ਪੁਲਿਸ ਦੀ ਪੰਜਾਬ ਪਰਚ ਸਾਈਕਲ ਰੈਲੀ ਸੰਤ ਸੀਚੇਵਾਲ ਦੀ ਅਗਵਾਈ ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਹੋਈ ਹਾਈ ਲੈਵਲ ਮੀਟਿੰਗ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਹੁਸੈਨੀਵਾਲਾ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ਰਦਾਂਜਲੀ ਦੇਣ ਮਗਰੋਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਦੇਸ਼ ਵਾਸੀ ਸ਼ਹੀਦਾਂ ਨੂੰ ਸ਼ਰਦਾਂਜਲੀ ਪੇਟ ਕਰ ਰਹੇ ਹਨ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ 23 ਮਾਰਚ ਨੂੰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਰੀ ਕਰਾਂਗਾ ਜਿਸ ਵਿੱਚ ਪੰਜਾਬ ਦਾ ਹਰ ਇੱਕ ਨਾਗਰਿਕ ਭ੍ਰਿਸ਼ਟਾਚਾਰ ਖਿਲਾਫ ਆਪਣੀ ਸ਼ਿਕਾਇਤ ਸਿੱਧੇ ਤੌਰ ਤੇ ਭੇਜ ਸਕਦਾ ਹੈ ਉਨਾ ਕਹਿਆ ਕਿ ਜੇਕਰ ਕੋਈ ਵੀ ਅਫਸਰ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਜਾਂ ਕਮਿਸ਼ਨ ਮੰਗਦਾ ਹੈ ਤਾਂ ਤੁਸੀਂ ਉਸ ਦੀ ਆਡੀਓ ਜਾਂ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਸਕਦੇ ਹੋ ਅਤੇ ਸਾਡੀ ਟੀਮ ਵੱਲੋਂ ਪੂਰੀ ਜਾਂਚ ਕਰਨ ਤੋਂ ਬਾਅਦ ਇਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਹੇ ਕਿ ਕੋਈ ਵੀ ਮੰਤਰੀ ਹੋਵੇ ਜਾਂ ਸਾਡਾ ਕੋਈ ਵਿਧਾਇਕ ਹੋਵੇ ਭ੍ਰਿਸ਼ਟਾਚਾਰ ਕਰਨ ਵਾਲਾ ਅਤੇ ਕੋਈ ਵੀ ਰਿਸ਼ਵਤਖੋਰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਹੁਸੈਨੀwala ਸ਼ਹੀਦਾਂ ਨੂੰ ਸ਼ਰਧਾਂਜਲੀ ਦੰਦਿਆਂ ਆਖਿਆ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਸਾਡਾ ਛੋਟਾ ਜਿਹਾ ਪਹਿਲਾ ਕਦਮ ਹੈ। ਪਰ ਵੀ ਸੇ ਕੋਰੋਨਾ ਜਿਹੜਾ ਇੱਕ ਮਿੰਟ ਪੂਰੀ ਕੀ ਕਰਦੇ ਹਨ ਉਹਨਾਂ ਨੂੰ ਇਹ ਨਹੀਂ ਉਹ ਥੱਲੇ ਕਰਦਾ ਸੀ ਇਹ ਆਜ਼ਾਦੀ ਕਿਵੇਂ ਆਉਗੀ ਨਾ ਤਾਂ ਬਹੁਤ ਕੌਨਫੀਡੈਂਸ ਹੀ ਹੋਊਗੀ ਆਜ਼ਾਦੀ ਤਾਂ ਆਉਣੀ ਆਉਣੀ ਹੈ ਪਰ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਕਿਹਾ ਯਾਰ ਖੇਤ ਨਾ ਅੱਜ ਦੇਸ਼ ਦੇ ਵਿੱਚ ਇੱਕ ਮਿੰਟ ਵੇਰੇ ਇੱਕ ਮਿੰਟ ਗਰੀਬੀ ਬੇਰੁਜ਼ਗਾਰੀ ਇਹਨਾਂ ਦੀਆਂ ਬਹੁਤਾਂ ਦੀਆਂ ਮੁਸ਼ਕਲਾਂ ਕੋਈ ਆਰਾਮ ਨਾ ਜਿੰਨਾ ਅੰਗਰੇਜ਼ਾਂ ਨੂੰ ਕੱਢਣ ਲਈ ਭਗਤ ਸਿੰਘ ਕੇ ਹਜ਼ਾਰਾਂ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਹਾਈਲਾਈਟਸ ਕਰਕੇ ਉਹਨਾਂ ਕੋਲ ਜਾ ਰਹੇ ਹਾਂ ਕਿ ਕਿੰਨੇ ਕਿਤੇ ਇਹ ਹੈ ਕਿ ਸਾਡੇ ਅਸੀਂ ਸਿਸਟਮ ਨੂੰ ਠੀਕ ਨਹੀਂ ਕਰ पाए ਸੋ ਅੱਜ ਦੇ ਦਿਨ ਵੱਡਾ ਦਿਨ ਹੈ ਸੱਚੀ ਸਰਦਾਂ ਲਈ ਇਹ ਹੀ ਹੋਊਗੀ ਕਿ ਅਸੀਂ ਮੈਂ ਜਿਵੇਂ ਫੈਸਲਾ ਕੀਤਾ ਸੀ ਐਲਾਨ ਕੀਤਾ ਸੀ ਕਿ ਅੱਜ ਦੇ ਦਿਨ ਅਸੀਂ ਇੱਕ ਨੰਬਰ ਜਾਰੀ ਕਰਾਂਗੇ ਜਿਸ ਨੂੰ ਕਹਾਂਗੇ ਕਿ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਉਹ ਨੰਬਰ ਅੱਜ ਜਾਰੀ ਕਰ ਰਹੇ ਹਾਂ ਸ਼ਹੀਦ ਆਜ਼ਮ ਸ਼ਹੀਦ ਪਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰਨ ਨੂੰ ਲੈ ਕੇ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਰਿਸ਼ਵਤ ਖੋਰੀ ਅਤੇ ਹਵਤਾ ਵਸੂਲੀ ਦੀ ਸ਼ਿਕਾਇਤ ਕਰਨ ਲੋਕ 9501200200 ਨੰਬਰ ਤੇ ਸ਼ਿਕਾਇਤ ਕਰ ਸਕਦੇ ਨੇ ਲੋਕ ਇਸ WhatsApp ਨੰਬਰ ਤੇ ਵੀਡੀਓ ਅਤੇ ਆਡੀਓ ਵੀ ਭੇਜ ਸਕਦੇ ਨੇ ਜੋ ਧੋਕੇ ਸਿੱਧੀ ਭਗਵੰਤ ਮਾਨ ਦੇ ਕੋਲ ਪਹੁੰਚੇਗੀ ਉਹਨਾਂ ਕਹੇ ਕਿ ਮੈਨੂੰ 3 ਕਰੋੜ ਲੋਕਾਂ ਦਾ ਸਾਥ ਚਾਹੀਦਾ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ WhatsApp ਨੰਬਰ ਜਾਰੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਵੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਉਹਨਾਂ ਨੂੰ ਮਨ੍ਹਾ ਕਰਿਓ ਸਿਰਫ ਉਹਨਾਂ ਦੀ ਆਡੀਓ ਅਤੇ ਵੀਡੀਓ ਬਣਾ ਕੇ ਜਾਰੀ ਕੀਤੇ ਗਏ WhatsApp ਨੰਬਰ ਤੇ ਭੇਜ ਦਿਓ ਇਸ ਦੇ ਬਾਅਦ ਕਾਰਵਾਈ ਕਰਨ ਉਪਰੰਤ ਐਕਸ਼ਨ ਲਿਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਹੈ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇ ਰਹੇ ਆ ਸਾਰੇ ਦੇਸ਼ ਦੇ ਵਿੱਚ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ 23 ਮਾਰਚ ਨੂੰ ਮੈਂ ਇੱਕ ਫੋਨ ਨੰਬਰ ਜਾਰੀ ਕਰਾਂਗਾ ਜਿਹਨੂੰ ਅਸੀਂ ਕਹਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਯਾਨੀ ਕਿ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਨੂੰ ਉਹ ਨੰਬਰ ਜਾਰੀ ਕੀਤਾ ਜਾਊਗਾ ਕਿਉਂਕਿ ਅੱਜ ਦੇ ਦਿਨ ਜਾਰੀ ਕਰਕੇ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ ਸ਼ਹੀਦਾਂ ਨੂੰ ਕਿਉਂਕਿ ਉਹਨਾਂ ਦੇ ਸੁਪਨਿਆਂ ਦਾ ਭਾਰਤ ਸੁਪਨਿਆਂ ਦਾ ਪੰਜਾਬ ਜਿਹੜਾ ਹੈ ਉਹਨੂੰ ਬਣਾਉਣ ਦੀ ਸ਼ੁਰੂਆਤ ਹੋਊਗੀ ਤੇ ਮੈਂ ਅੱਜ ਉਹ ਨੰਬਰ ਜਾਰੀ ਕਰ ਰਿਹਾ ਫੋਨ ਨੰਬਰ ਤੁਸੀਂ ਨੋਟ ਕਰ ਲਓ 9501 200 200 ਜਾਨੀ ਕਿ 9501200200 ਮੈਂ ਇੰਗਲਿਸ਼ ਦੇ ਵਿੱਚ ਵੀ ਬੋਲ ਦੇਣਾ 9501200 2000 ਜੇ ਤੁਹਾਡੇ ਕੋਲੇ ਕੋਈ ਰਿਸ਼ਵਤ ਮੰਗਣ ਦੀ ਵੀਡੀਓ ਜਾਂ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿਰਫ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਕਰਾਪਸ਼ਨ ਨਾਲ ਸੰਬੰਧਿਤ ਵੀਡੀਓ ਭੇਜਿਓ ਬਾਕੀ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਹੋਰ ਵਿਭਾਗ ਨੇ ਤੇ ਤੁਹਾਨੂੰ ਵੈਬਸਾਈਟ ਤੋਂ ਉਹਨਾਂ ਦੇ ਨੰਬਰ ਵੀ ਮਿਲ ਜਾਣਗੇ ભગવંત માંતે મુખ્યમંત્રી બનਣ ਤੋਂ ਬਾਅਦ ਸੰਗਰੂਰ ਚੋਨਾ ਦੇ ਘਰ ਦੇ ਸਾਹਮਣੇ ਪਹਿਲਾ ਧਰਨਾ ਦਿੱਤਾ ਗਿਆ પੰਥਕ ਜੀਤਨਾਂ ਲਹਿਰ ਦੇ ਪ੍ਰਧਾਨ પુરਸ਼ੋਤਮ ਸਿੰਘ ਫਗੂਵਾਲਾ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਪੰਜਾਬ ਤੋਂ ਬਾਹਰੋਂ ਮੈਂਬਰ ਲੈ ਜਾਣ ਦੇ ਖਿਲਾਫ ਸੰਗਰੂਰ ਵਿੱਚ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਲਗਾਇਆ ਗਿਆ ਪ੍ਰਸ਼ੋਤਮ ਸਿੰਘ ਨੇ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ ਪੰਜ ਚਿਹਰਿਆਂ ਦਾ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ। ਉਹਨਾਂ ਕਿਹਾ ਕਿ ਉਹ ਭਾਜਪਾ ਤੇ ਆਰਐਸਐਸ ਦੇ ਨਾਲ ਜੁੜੇ ਹੋਏ ਵਰਕਰ ਹਨ ਅਤੇ ਆਪ ਸਰਕਾਰ ਰਾਜ ਸਭਾ ਵਿੱਚ ਉਹਨਾਂ ਨੂੰ ਭੇਜ ਕੇ ਭਾਜਪਾ ਦਾ ਸਮਰਥਨ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਮੈਂ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਦੇ ਕੇ ਲੋਕਾਂ ਸਾਹਮਣੇ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਾ ਪੰਜਾਬ ਦੇ ਵਿੱਚ 35000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਸੀਂ ਪਹਿਲਾਂ ਵੀ 70 ਸਾਲ ਲੇਟ ਹੋ ਚੁੱਕੇ ਹਾਂ ਅਤੇ ਸਾਡੇ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੋਕ ਪਰਵਾਣਵੀ ਕਰ ਰਹੇ ਨੇ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਪੰਜਾਬ ਵਿੱਚ ਨਿਕਲਦੇ ਸੀ ਤਾਂ ਸਾਡੀਆਂ ਗੱਡੀਆਂ ਸਾਹਮਣੇ ਆ ਕੇ ਮੁਲਾਜ਼ਮ ਪੱਕੇ ਹੋਣ ਦੀ ਤੋਹਫੀ ਪਾਉਂਦੇ ਸਨ ਕਈ ਵਾਰ ਤਾਂ ਉਹ ਆਪਣਾ ਦੁੱਖ ਸੁਣਾਉਂਦੇ ਹੋਏ ਵੀ ਰੋ ਪੈਂਦੇ ਸਨ ਮਾਨ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅੱਗੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਇਹ ਫੈਸਲਾ ਇਤਿਹਾਸਿਕ ਹੈ ਅਤੇ ਸ਼ਾਇਦ ਹੀ ਕਿਸੇ ਸਰਕਾਰ ਨੇ ਅਜਿਹਾ ਫੈਸਲਾ ਲਿਆ ਹੋਵੇਗਾ ਉਹਨਾਂ ਕਹਿਆ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੇ 35000 ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਇਸ ਲਈ ਬਕਾਇਦਾ ਉਹਨਾਂ ਨੇ ਚੀਫ ਸਕੱਤਰ ਨੂੰ ਹੁਕਮ ਵੀ ਦੇ ਦਿੱਤੇ ਨੇ ਹੁਣ ਉਹਨਾਂ ਨੂੰ ਠੇਕਾ ਪ੍ਰਣਾਲੀ ਦਾ ਖੇੜਾ ਛੱਡਣ ਲਈ ਆਖਿਆ ਗਿਆ ਹੈ ਮਾਨ ਨੇ ਕਿਹਾ ਕਿ ਅਜੇ ਨਵੀਆਂ ਨੌਕਰੀਆਂ ਪੈਦਾ ਨਹੀਂ ਕੀਤੀਆਂ ਜਾ ਰਹੀਆਂ ਪਰ ਪਹਿਲੇ ਕੱਚੇ ਮੁਲਾਜ਼ਮਾਂ ਦਾ ਹੱਲ ਕਰਨਾ ਜ਼ਰੂਰੀ ਹੈ ਬਾਅਦ ਵਿੱਚ ਹੋਰ ਨੌਕਰੀਆਂ ਦੇ ਮੌਕੇ ਕੱਢੇ ਜਾਣਗੇ ਜਦੋਂ ਅਸੀਂ ਚੋਣ ਪ੍ਰਚਾਰ ਕਰਦੇ ਸੀ ਅਰਵਿੰਦ ਕੇਜਰੀਵਾਲ ਜੀ ਜਾਂ ਸਾਡੀ ਹੋਰ ਲੀਡਰਸ਼ਿਪ ਤਾਂ ਸਾਡੀ ਗੱਡੀ ਦੇ ਸ਼ੀਸ਼ੇ ਦੇ ਕੋਲੇ ਆ ਕੇ ਨੌਕ ਕੀਤਾ ਜਾਂਦਾ ਸੀ ਸ਼ੀਸ਼ਾ ਤੇ ਸ਼ੀਸ਼ਾ ਖੁੱਲਦਾ ਸੀ ਤਾਂ ਬਹੁਤ ਸਾਰੇ ਮੁਲਾਜ਼ਮ ਮਿਲਦੇ ਸੀ ਕਿ ਅਸੀਂ ਕੱਚੇ ਹਾਂ ਜੀ ਅਸੀਂ 18-18 ਸਾਲ ਤੋਂ ਕੱਚੇ ਹਾਂ ਜੀ ਸਾਡੇ ਤੇ ਤਲਵਾਰ ਲਟਕ ਰਹੀ ਹੈ ਪਤਾ ਨਹੀਂ ਕਦੋਂ ਕੱਢ ਦੇਣਗੇ ਸਾਨੂੰ ਤੇ ਸਾਥੋਂ ਬਹੁਤ ਵੱਧ ਤਨਖਾਹਾਂ ਤੇ ਸਾਈਨ ਕਰਾਏ ਜਾਂਦੇ ਨੇ ਪਰ ਦਿੱਤੀਆਂ ਸਾਨੂੰ ਬਹੁਤ ਘੱਟ ਤਨਖਾਹਾਂ ਜਾਂਦੀਆਂ ਨੇ ਬਾਕੀ ਜਿਹੜਾ ਮਾਰਜਿਨ ਹੈ ਠੇਕੇਦਾਰਾਂ ਦਾ ਜਾਂ ਆਊਟਸੋਰਸਿੰਗ ਕਰਨ ਵਾਲਿਆਂ ਦਾ ਰੂਣ ਵੀ ਲੱਗ ਜਾਂਦੇ ਸੀ ਉਹ ਸੋ ਅਸੀਂ ਵਾਦਾ ਕੀਤਾ ਸੀ ਚੋਣ ਪ੍ਰਚਾਰ ਦੌਰਾਨ ਕਿ ਅਸੀਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਅੱਜ ਜੋ ਮੈਂ ਫੈਸਲਾ ਕਰਨ ਲੱਗੇ ਹਾਂ ਬਹੁਤ ਇਤਿਹਾਸਿਕ ਹੈ ਸ਼ਾਇਦ ਹੀ ਦੇਸ਼ ਦੇ ਵਿੱਚ ਕਿਸੇ ਗਵਰਨਮੈਂਟ ਨੇ ਇਸ ਤਰ੍ਹਾਂ ਦਾ ਫੈਸਲਾ ਪਹਿਲਾਂ ਕੀਤਾ ਹੋਵੇ ਗਰੁੱਪ ਸੀ ਤੇ ਗਰੁੱਪ ਡੀ ਦੇ 35000 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਗਿਆ ਮੈਂ ਆਪਣੇ ਸਾਰੇ ਅਫਸਰਾਂ ਨਾਲ ਮੀਟਿੰਗ ਕਰ ਲਈ ਚੀਫ ਸੈਕਟਰੀ ਸਾਹਿਬ ਨੂੰ ਮੈਂ ਨਿਰਦੇਸ਼ ਦੇ ਦਿੱਤੇ ਨੇ ਕਿ ਇਹ ठेका ਪ੍ਰਣਾਲੀ ਤੇ ਆਊਟਸੋਰਸਿੰਗ ਤੋਂ ਖਹਿੜਾ ਛਡਾਓ ਹੈਰਾਨੀ ਦੀ ਗੱਲ ਹੈ ਕਿ ਸਕੂਲ ਜਿਹੜੇ ਨੇ ਸਰਕਾਰੀ ਉਹ ਟੀਚਰਾਂ ਤੋਂ ਖਾਲੀ ਪਏ ਨੇ ਉਹ ਸਕੂਲ ਦੇ ਸਾਹਮਣੇ ਜਿਹੜੀ ਪਾਣੀ ਦੀ ਟੈਂਕੀ ਹੈ ਉਹਦੇ ਉੱਤੇ ਜਿਹੜੇ एलिਜੀਬਲ ਟੀਚਰ ਨੇ ਉਹ ਧਰਨਾ ਦੇ ਰਹੇ ਨੇ ਉਹਦੇ ਉੱਤੇ ਚੜ ਕੇ ਕਿ ਸਾਨੂੰ ਰੱਖ ਲਓ ਜੀ ਨੌਕੇ ਕਰਕੇ ਇਹ ਨਹੀਂ ਹੈ ਕੋਈ ਨਵੀਆਂ ਜੌਬਸ ਕ੍ਰੀਏਟ ਕਰਨੀਆਂ ਨੇ ਹਜੇ ਉਹ ਵੀ ਕਰਾਂਗੇ ਪਰ ਪਹਿਲਾਂ ਜੇ ਪੁਰਾਣੀਆਂ ਨੂੰ ਹੀ ਭਰ ਦਈਏ ਤਾਂ ਬਹੁਤ ਸਾਰੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਦੀ ਅੱਗ ਜਿਹੜੀ ਹੈ ਬਣ ਲੱਗੂ ਉਹਨਾਂ ਦੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਪੰਜਾਬ ਦੇ ਨਵੇਂ ਬਣੇ ਸਕੂਲ ਦੀ ਸਿੱਖਿਆ ਉੱਚੇਰੀ ਸਿੱਖਿਆ ਤੇ ਖੇਡ ਤੇ ਯੁਵਕ ਸੇਵਾਵਾ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਮੰਗਲਵਾਰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਉਨਾ ਆਪਣੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਸੂਬੇ ਦੇ ਭਵਿੱਖ ਤੇ ਨੌਜਵਾਨੀ ਨਾਲ ਜੁੜੇ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਨੂੰ ਸਿੱਖਿਆ ਖੇਤਰ 'ਚ ਬੁਲੰਦੀਆਂ ਉੱਤੇ ਲੈ ਜਾਣਾ ਸਭ ਤੋਂ ਵੱਡੀ ਚੁਣੌਤੀ ਹੈ ਤੇ ਇਸ ਨੂੰ ਪੂਰਾ ਕਰਨ ਲਈ ਉਹ ਆਪਣਾ ਪੂਰਾ ਜੀ-ਜਾਨ ਲਾ ਦੇਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਰ ਨੇ ਕਿਹਾ ਕਿ ਸਿੱਖਿਆ ਸਾਡੀ ਸਰਕਾਰ ਦੀ ਤਰਜੀਹ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਦਿੱਲੀ ਚ ਸਿੱਖਿਆ ਅਤੇ ਸਿਹਤ ਦੇ ਖੇਤਰ ਚ ਕੀਤੇ ਇਨਕਲਾਬੀ ਸੁਧਾਰਾਂ ਨੂੰ ਆਧਾਰ ਬਣਾ ਕੇ ਪੰਜਾਬ ਚ ਚੋਣਾਂ ਲੜੀਆਂ ਗਈਆਂ ਤੇ ਦਿੱਲੀ ਵਾਲਾ ਸਿੱਖਿਆ ਮਾਡਲ ਪੰਜਾਬ ਚ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸਾਡੀ ਪਾਰਟੀ ਨੂੰ ਵੱਡਾ ਫਤਵਾ ਦੇ ਕੇ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ ਉਹਨਾਂ ਕਿਹਾ ਕਿ ਸਿੱਖਿਆ ਬਜਟ ਚ ਵਾਅਦਾ ਕੀਤਾ ਜਾਵੇਗਾ ਅਤੇ ਸੂਬੇ ਚ ਬਿਹਤਰ ਸਿੱਖਿਆ ਦਾ ਢਾਂਚਾ ਖੜਾ ਕੀਤਾ ਜਾਵੇਗਾ ਨਵੇਂ ਕਿੜ ਮੰਤਰੀ ਮੀਤ ਹੇਰਵਲੂ ਖੇਡਾਂ ਚ ਪੰਜਾਬ ਦੀ ਗਵਾਚੀ ਸ਼ਾਨ ਨੂੰ ਮੁੜ ਬਹਾਲ ਕਰਨ ਦਾ ਵੀ ਤਹਿਆ ਕੀਤਾ ਗਿਆ ਉਹਨਾਂ ਕਿਹਾ ਕਿ ਕੋਈ ਵੇਲਾ ਸੀ ਜਦੋਂ ਏਸ਼ੀਆਈ ਰਾਸ਼ਟ੍ਰ ਮੰਡਲ ਖੇਡਾਂ ਚ ਭਾਰਤ ਵੱਲੋਂ ਜਿੱਤੇ ਜਾਂਦੇ ਤਗਮਿਆਂ ਚੋਂ ਅੱਧ ਤੋਂ ਵੱਧ ਤਗਮੇ ਪੰਜਾਬ ਦੇ ਖਿਡਾਰੀਆਂ ਦੇ ਹਿੱਸੇ ਪਾਉਂਦੇ ਸਨ ਪਰ ਹੌਲੀ ਹੌਲੀ ਪੰਜਾਬ ਦਾ ਯੋਗਦਾਨ ਘਟਦਾ ਜਾ ਰਿਹਾ ਹੈ ਪੁਰਾਣੇ ਸਮੇਂ ਚ ਸਾਨੂੰ ਪਤਾ ਨਹੀਂ ਵੀ ਕੀ ਸਰਕਾਰਾਂ ਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਹੋ ਸਕਦਾ ਕੋਈ ਪਾਈ ਵਾਲੀ ਵੀ ਹੁੰਦੀ ਹੋਵੇ ਮੰਤਰੀਆਂ ਸੋ ਜੋ ਵੀ ਐਕਟ ਬਣੇ ਹੋਇਆ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਹੋਇਆ ਵੀ ਪ੍ਰਾਈਵੇਟ ਸੀਮਜ਼ ਤੇ ਉਹ ਇਨ ਬਿਨ ਜਿਹੜੇ ਆ ਉਹ ਲਾਗੂ ਹੋਣਗੇ ਕਿਸੇ ਤਰ੍ਹਾਂ ਜਿਹੜੀ ਰੈਤ ਆ ਉਹ ਨਹੀਂ ਕੀਤੀ ਜਾਊਗਾ ਅਸੀਂ ਅਸੀਂ ਜੇ ਦੇਖੋ ਕਹਨੇ ਆ ਵੀ ਸੁਧਾਰ ਕਰਨਾ ਤਾਂ ਉਹਦੇ ਵਿੱਚ ਮੇਰੇ ਨਾਲੋਂ ਵੱਡਾ ਯੋਗਦਾਨ ਤਾਂ ਦੇਖੋ ਟੀਚਰਸ ਦਾ ਹੀ ਹੈ ਤੇ ਟੀਚਰ ਤਾਂ ਹੀ ਕੰਮ ਕਰਨਗੇ ਜੇ ਖੁਸ਼ ਹੋਣਗੇ ਅਸੀਂ ਸਾਰੇ ਪੰਜਾਬ ਦੇ ਟੀਚਰਾਂ ਆ ਕਿਉਂਕਿ ਦੇਖੋ ਬੱਚੇ ਹੀ ਸਾਡੇ ਸੂਬੇ ਦਾ ਐਸੈਟ ਨੇ ਬੱਚੀ ਸਾਡੀ ਅਸਲੀ ਪ੍ਰਾਪਰਟੀ ਹੈ ਜੇ ਜੀ ਉਹਨਾਂ ਨੂੰ ਪੜਾਉਣਾ ਚਾਹੁੰਦੇ ਪੈਰ ਸਿਰ ਖੜਾ ਕਰਨਾ ਚਾਹੁੰਦੇ ਆ ਤਾਂ ਉਮੀਦ ਨੇ ਜਾ ਕੇ ਨਹੀਂ ਪੜਾਉਣਾ ਉਹਨਾਂ ਨੂੰ ਟੀਚਰਸ ਨਹੀਂ ਪੜਾਉਣਾ ਉਹਨਾਂ ਦੇ ਨਾਲ ਬੈਠਾਂਗੇ ਜੁਨੀਅਰ ਨਾਲ ਬੈਠਾਂਗੇ ਜਿਹੜੀਆਂ ਵੀ ਉਹਨਾਂ ਦੀਆਂ ਸਮੱਸਿਆਵਾਂ ਹਨ ਚਾਹੇ ਬਾਰਡਰ ਏਰੀਆ ਦੀਆਂ ਨੇ ਉਹ ਸਾਰੀਆਂ ਉਹਨਾਂ ਦੇ ਨਾਲ ਬੈਠ ਕੇ ਹੱਲ ਕਰਨ ਦੀ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਜਿਹੜਾ ਅੱਗੇ ਕੋਈ ਕਰਾਪਸ਼ਨ ਦੇ ਜਾਂ ਹੋਰ ਐਲੀਗੇਸ਼ਨ ਐਦਾਂ ਦੀ ਚਰਚਾ ਮੈਂ ਐਜੂਕੇਸ਼ਨ ਡਿਪਾਰਟਮੈਂਟ ਚੱਲਦੀਆਂ ਰਹੀਆਂ ਇਹ ਜੜ ਤੋਂ ਖਤਮ ਕਰ ਦੇਾਂਗੇ ਇਹ ਵਾਅਦਾ ਹੈ 1% ਵੀ ਕਿਤੇ ਕੋਈ ਕਮੀ ਪੇਸ਼ੀ ਜਿਹੜੀ ਆ ਉਹ ਰਹਿ ਨਹੀਂ ਦੇਣਾ। 23 ਮਾਰਚ ਨੂੰ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਮਕਸਦ ਨੂੰ ਲੈ ਕੇ ਜਗਰਾਉਂ ਪੁਲਿਸ ਵੱਲੋਂ ਅੱਜ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 500 ਦੇ ਕਰੀਬ ਸਾਈਕਲਿਸਟਾਂ ਨੇ ਹਿੱਸਾ ਲਿਆ। ਇਹ ਸਾਈਕਲ ਰੈਲੀ ਜਗਰਾਉਂ ਤੋਂ ਸ਼ੁਰੂ ਹੋ ਕੇ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੱਕ ਜਾਵੇਗੀ ਤੇ ਉੱਥੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਵਾਪਸ ਆਵੇਗੀ। ਇਸ ਮੌਕੇ ਅੱਜ ਇਸ ਰੈਲੀ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਆਈਜੀਪੀ ਐਸ ਪਰਮਰ ਐਸਐਸਪੀ ਜਗਰਾਉਂ ਪਾਟਲ ਕੇਤਨ ਬਲੇਰਾਮ ਡਿਪਟੀ ਕਮਿਸ਼ਨਰ ਲੁਧਿਆਣਾ ਬਰਿੰਦਰ ਸ਼ਰਮਾ ਪੁਲਿਸ ਕਮਿਸ਼ਨਰ ਲੁਧਿਆਣਾ ਗੁਰਪ੍ਰੀਤ ਸਿੰਘ ਪੁੱਲਰ ਤੇ ਇਲਾਕੇ ਦੀ ਪੂਰੀ ਅਫਸਰਸ਼ਾਹੀ ਨੇ ਹਰੀ ਝੰਡੀ ਦਿਖਾ ਕੇ ਵਿਦਾ ਕੀਤਾ ਇਸ ਮੌਕੇ ਇਸ ਰੈਲੀ ਨੂੰ ਵਿਦਾ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਾਦਗੀ ਪਰਿਆ ਪ੍ਰਵਾਹ ਸ਼ਾਲੀ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਇਸ ਰੈਲੀ ਪ੍ਰਤੀ ਸਹਿਯੋਗ ਕਰਨ ਵਾਲੇ ਸੱਜਣਾ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਸਟੇ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਬਖੂਬੀ ਨਿਭਾਈ ਤੇ ਸਮਾਗਮ ਵਿੱਚ ਪਹੁੰਚੇ ਸਾਰੇ ਸੱਜਣਾ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਇਸ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਤੇ ਇਲਾਕੇ ਦੇ ਨੌਜਵਾਨ ਬੜੇ ਹੀ ਉਤਸ਼ਾਹਿਤ ਨਜ਼ਰ ਆ ਰਹੇ ਸਨ ਤੇ ਇਸ ਸਾਈਕਲ ਰੈਲੀ ਪ੍ਰਤੀ ਬੋਲਦਿਆ ਸੰਤ ਪਰਵੀਰ ਸਿੰਘ ਸਿੱੱਚੇਵਾਲ ਆਈਜੀ ਆਈਜੀਪੀਐਸ ਪਰਾਮਰ ਅਤ ਸਮੇਤ ਐਸਐਸਪੀ ਕੇਤਨ ਪਾਟਲ ਬਲੀਰਾਮ ਨੇ ਕਿਹਾ ਕਿ ਸ਼ਹੀਦਾ ਨੂੰ ਸ਼ਰਦਾਰਲੀ ਦੇਣ ਦਾ ਇਹ ਉਪਰਾਲਾ ਬਹੁਤ ਵਧੀਆ ਤੇ ਇਸ 100 ਕਿਲੋਮੀਟਰ ਦੀ ਰੈਲੀ ਪੂਰੀ ਹੋਣ ਤੱਕ ਸਾਰੇ ਸਾਈਕਲਿਸਟਾਂ ਤੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਵੀ ਜਗਰਾਉਂ ਪੁਲਿਸੀ ਕਰੇਗੀ ਅੱਜ ਲੁਧਿਆਣਾ ਜ਼ਿਲ੍ਹੇ ਦਾ ਜੋਗਰਾਮਾ ਦਿਹਾਤੀ ਵੱਲੋਂ ਐਸਐਸਪੀ ਸਾਹਿਬ ਐਸਪੀ ਸਾਹਿਬ ਤੇ ਉਹਨਾਂ ਦੇ ਸਾਰੇ ਆਈਜੀ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਸਾਰਿਆਂ ਨੇ ਉਪਰਾਲਾ ਕੀਤਾ ਤੇ ਅੱਜ ਜਿਹੜਾ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਸਾਈਕਲ ਰੈਲੀ ਹੈ ਜਿਹਦੇ ਵਿੱਚ ਬਹੁਤ ਅੱਜ ਵਿਸ਼ਵ ਵਾਟਰ ਡੇ ਵੀ ਹੈ ਜਿਹਦੇ ਵਾਸਤੇ এনवायरमेंट ਪ੍ਰਤੀ ਵੀ ਜਾਗਰੂਕ ਕੀਤਾ ਤੇ ਨਾਲ ਨੌਜਵਾਨਾਂ ਨੂੰ ਆਪਣੀ ਹੈਲਥ ਦਾ ਕਿਦਾਂ ਖਿਆਲ ਰੱਖਣਾ ਤੇ ਦੇਸ਼ ਪ੍ਰੇਮ ਵਾਸਤੇ ਹਮੇਸ਼ਾ ਜੂਝਦੇ ਰਹਿਣਾ ਜਿਸ ਤਰ੍ਹਾਂ ਸਾਡੇ ਬਡੇਰਿਆਂ ਨੇ ਪੂਰਨੇ ਪਾਇਆ ਅਸੀਂ ਉਹਨਾਂ ਤੇ ਚੱਲ ਸਕੀਏ ਬਹੁਤ ਵਧੀਆ ਉਪਰਾਲਾ ਕੀਤਾ ਨੌਜਵਾਨਾਂ ਵਾਸਤੇ ਬੜਾ ਹੀ ਇਹਨਾਂ ਨੂੰ ਉਤਸ਼ਾਹ ਮਿਲੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਇਹਨਾਂ ਦਾ ਜੀਵਨ ਦੇ ਵਿੱਚ ਅਸਰ ਪਾਊਗਾ। This is a very good enterprise on the part of SSP Jagran us Kirtan Patel honne shuru kita si. We all supported him. ਬਹੁਤ ਚੰਗਾ ਹੈ ਹੋ ਕਿ ਇੱਕ ਦਾ ਸ਼ਹੀਦਾਂ ਨੂੰ ਯਾਦ ਕੀਤਾ ਤੇ ਬੱਚਾ ਦੀ ਜਿਹੜੀ ਚਰਨ ਜਿਹੜੀ એનર્ਜੀ ਆ ਉਹ ਪੋਜੀਟਿਵਲੀ ਚੈਨਲਾਈਜ਼ ਹੋਏਗੀ ਉਹ ਜੋੜਨਗੇ ਆਪਣੇ ਸ਼ਹੀਦਾਂ ਦਾ ਖਿਆਲ ਰੱਖਣਗੇ এনवायरमेंट ਦਾ ਖਿਆਲ ਰੱਖਣਗੇ ਤੇ ਪੋਜੀਟਿਵ ਸਾਈਨ ਵਾਲੀ ਕੋਈ ਸੋਸਾਇਟੀ ਹੋ ਉਸਾਰ ਰੂਰਲ ਚ ਸਮੇਂ ਸਮੇਂ ਸਰ ਬੜੇ ਪ੍ਰਾਲੇ ਹੁੰਦੇ ਆ ਜੀ ਮੇਰੀ ਡਿਊਟੀ ਲੱਗਦੀ ਹੈ ਬਤੌਰ ਸਟੇ ਸੈਕਟਰੀ ਦੇ ਆਰਗੇਨਾਈਜ਼ਰ ਦੀ ਸਸਪੀ ਸਾਹਿਬ ਸ਼੍ਰੀ ਪਾਟਲਕੇਤਨ ਬਲੀਰਾ ਬਾਲੀਰਾਮ ਜੀ ਨੇ ਮੈਨੂੰ ਡਿਊਟੀ ਲਗਾਈ ਸੀ ਮੈਨੂੰ ਬੜਾ ਚਾਹ ਸੀ ਕਿ ਮੈਂ ਸ਼ਹੀਦ ਭਗਤ ਸਿੰਘ ਜੀ ਦੇ ਕਿਸੇ ਸਮਾਰੋਹ ਦੇ ਵਿੱਚ ਮੈਨੂੰ ਹਿੱਸਾ ਬਣਨ ਦਾ ਮੌਕਾ ਮਿਲ ਰਿਹਾ ਮੇਰੇ ਲਈ ਇਹ ਦੁਬਾਰੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਬੜਾ ਅੱਛਾ ਲੱਗਿਆ ਜੀ ਆਪਣਾ ਸਮਾਜ ਆਦਾ 1981 ਤੋਂ 84 ਤੱਕ ਅਲਰਮ ਕਾਲਜ ਦੇ ਵਿੱਚ ਐਨਸੀਸੀ ਐਨਐਸਐਸ ਸਕਾਊਟ ਦੇ ਤੌਰ ਤੇ ਇੱਦਾਂ ਈ ਸੈਕਲਰ ਆਇਲੈਂਡ ਤੇ ਚੰਡੀਗੜ੍ਹ ਵਗੈਰਾ ਹੋਰ ਜਗ੍ਹਾ ਜਾਂਦੇ ਸੀਗੇ ਤਾਂ ਇਹ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਵਾਤਾਵਰਣ ਪ੍ਰਤੀ ਸੁਚੇਤ ਕਰਨ ਦੇ ਲਈ ਸਤ ਬਲਬੀਰ ਸਿੰਘ ਸਿੰਚਾਵਾਲ ਜੀ ਆਏ ਨੇ ਪ੍ਰੇਰਣਾ ਮਿਲੀ ਹੈ ਜੀ ਉਹਨਾਂ ਨੂੰ ਦੇਖ ਕੇ ਬੜਾ ਜੋਸ਼ ਆਇਆ ਮਨ ਦੇ ਵਿੱਚ ਵੀ ਆਪਾਂ ਹਜੇ ਵੀ ਬਹੁਤ ਕੁਝ ਕਰਨਾ ਹੈ ਨਹੀਂ ਤਾਂ ਆਏ ਸੀਗਾ ਵੀ ਰਿਟਾਇਰਮੈਂਟ ਆ ਰਹੀ ਹੈ ਵੀ ਚਲੋ ਹੁਣ ਖਤਮ ਪਰ ਅੱਜ ਨਵੀਂ ਇੱਕ ਸੰਗਠਨਾ ਹੋਈ ਹੈ ਜੀ ਮਨ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਮਾਨਿਟਰਿੰਗ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਜਸਬੀਰ ਸਿੰਘ ਨੇ ਵਾਤਾਵਰਨ ਦੀ ਸੁਰੱਖਿਆ ਲਈ ਵਿਆਪਕ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਜਸਟਿਸ ਦਸਬੀਰ ਸਿੰਘ ਨੇ ਕਿਹਾ ਕਿ ਜੇਕਰ ਹਰੇਕ ਨਾਗਰਿਕ ਆਪਣੇ ਸਰਗਰਮ ਸਮੂਲੀਅਤ ਨਾਲ ਵਾਤਾਵਰਨ ਤੇ ਪਾਣੀ ਦੀ ਸੰਭਾਲ ਲਈ ਅੱਗੇ 바ਵੇ ਤਾਂ ਅਸੀਂ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਜੀਵਨ ਦੇਣ ਦੇ ਸਮਰੱਥ ਬਣ ਸਕਾਂਗੇ। ਅਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਨਗਰ ਕੌਂਸਲਾਂ ਤੇ ਵਿਭਾਗਾਂ ਵੱਲੋਂ ਜ਼ਿਲ੍ਹਾ ਵਾਤਾਵਰਨ ਯੋਜਨਾ ਵਿੱਚ ਦਰਜ ਗਤੀਵਿਧੀਆਂ ਨੂੰ ਲਾਗੂ ਕਰਨ ਲਈ ਹੋਈ ਕਾਰਵਾਈ ਦੀ ਸਮੀਖਿਆ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਟ੍ਰਿਬਿਊਨਲ ਨੇ ਨਿਰਦੇਸ਼ਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਪ੍ਰਭਾਵੀ ਢੰਗ ਨਾਲ ਯਤਨ ਕਰਨ ਦੀ ਲੋੜ ਹੈ। ਉਨਾ ਕਿਹਾ ਕਿ ਜੇਕਰ ਜੀਵਨ ਲਈ ਲੋੜਿੰਦੇ ਮੁੱਢਲੇ ਸਮੇਂ ਸੋਮਿਆ ਹਵਾ ਪਾਣੀ ਦੀ ਸੰਭਾਲ ਲਈ ਦ੍ਰਿੜਤਾ ਨਾਲ ਯਤਨ ਨਾ ਕੀਤੇ ਗਏ ਤਾਂ ਭਵਿਕਵਿਚ ਇਸ ਦੇ ਕਾਫੀ ਚਿੰਤਾਜਨਕ ਨਤੀਜੇ ਸਾਹਮਣੇ ਆਉਣਗੇ ਮੀਟਿੰਗ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਮਾਨਿਟਰੀ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਨਮੋਲ ਪਾਣੀ ਦੀ ਅਹਿਮੀਅਤ ਬਾਰੇ ਜਾਗਰੂਕ ਪੈਦਾ ਕਰਨਾ ਸਮੇਂ ਦੀ ਅਹਿਮ ਲੋੜ ਬਣ ਗਿਆ ਹੈ ਉਹਨਾਂ ਕਿਹਾ ਕਿ ਮਨੁੱਖੀ ਜੀਵਨ ਦੀ ਹੋਂਦ ਪਾਣੀ ਉਤੰਦਰ ਪਰਬ ਅਤੇ ਇਸ ਦੀ ਸੰਭਾਲ ਨਾਲ ਹੀ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਚੇਅਰਮੈਨ ਜਸਟਿਸ ਜਸਵੀਰ ਸਿੰਘ ਨੇ ਸੋਲਿਡ ਵੇਸਟ ਪਲਾਸਟਿਕ ਵੇਸਟ ਬਾਇਓਮੈਡੀਕਲ ਵੇਸਟ ਈ ਵੇਸ ਪ੍ਰਬੰਧਨ ਦਾ ਹਵਾ ਤੇ ਪਾਣੀ ਦਾ ਗੁਣਵੰਤਾ ਪ੍ਰਬੰਧਨ ਆਵਾਜ਼ ਪ੍ਰਦੂਸ਼ਣ ਅਤੇ ਆਦੀ ਮੁੱਦਿਆਂ ਬਾਰੇ ਜਾਇਜ਼ਾ ਲਿਆ ਇਸ ਮੌਕੇ ਪੰਜਾਬ ਦੇ ਸਬਕਾ ਮੁਖ ਸਖਤਰ ਅਤੇ ਐਂਟੀ ਜੀਟੀ ਰਾਜ ਨਿਗਰਾਨ ਕਮੇਟੀ ਦੇ ਮੌਜੂਦਾ ਮੈਂਬਰ ਸੁਬੋਧ ਅਗਰਵਾਲ ਨੇ ਕਿਹਾ ਕਿ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਣਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੈ ਜਿਸ ਨੂੰ ਬਚਾਉਣ ਲਈ ਸਰਥਾਨਕ ਸਰਕਾਰਾਂ ਦੇ ਉਪਰਾਲਿਆਂ ਦੀ ਵੀ ਲੋੜ ਹੈ 23 ਮਾਰਚ 1931 ਸ਼ਹੀਦ ਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਮਾਡਲ ਅੰਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਅੱਜ ਪੰਜਾਬ ਦੇ ਨਕਸ਼ੇ ਤੇ ਬਣਾ ਕੇ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਨਾਰਜਰੀ ਦੇਣ ਦਾ ਇੱਕ ਉਪਰਾਹਲਾ ਕੀਤਾ ਗਿਆ। ਇਸ ਸੰਬੰਧੀ ਸ ਜਾਣਕਾਰੀ ਦਿੰਦਿਆਂ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ 23 ਮਾਰਚ 1931 ਨੂੰ ਹਸੈਨੀਵਾਲਾ ਵਿਖੇ ਹੋਏ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਮਾਡਲ ਅੰਮ੍ਰਿਤਸਰ ਦੇ ਨਕਸ਼ੇ ਤੇ ਬਣਾ ਕੇ ਇਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਪੰਜਾਬ ਵਿੱਚ ਨਵੀਂ ਅਤੇ ਅਜਹੀ ਸਰਕਾਰ ਬਣੀ ਹੈ ਜਿਸ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪੂਰਨਿਆਂ ਤੇ ਚੱਲਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਰ ਮਹਿਕਮੇ ਵਿੱਚ ਲਗਾਉਣ ਦੀ ਸਿਫਾਰਿਸ਼ ਵੀ ਕੀਤੀ ਜਾ ਰਹੀ ਹੈ। ਪੇਪਰ ਆਰਟਿਸਟ ਗੁਰਪ੍ਰੀਤ ਵੱਲੋਂ ਹਰ ਮੌਕੇ ਅਲੱਗ-ਅਲੱਗ ਮਾਡਲ ਤਿਆਰ ਕੀਤੇ ਜਾਂਦੇ ਨੇ ਅਤੇ ਪ੍ਰਦਰਸ਼ਿਤ ਵੀ ਕੀਤੇ ਜਾਂਦੇ ਨੇ। ਜਿਸ ਦੇ ਚੱਲਦੇ ਉਹਨਾਂ ਨੂੰ ਇਸ ਵਾਸਤੇ ਵੱਖ-ਵੱਖ ਤਰ੍ਹਾਂ ਦੇ ਸਨਮਾਨ ਵੀ ਮਿਲ ਚੁੱਕੇ ਨੇ। ਮidan suba chhoṇo to baad Punjab Congress vich paida hoyian bagaavtaan da sinsla khatam hon da naa ni le ra. ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਹਾਈ ਕਮਾਂਡ ਤੇ ਪੜਾਅ ਸਕੱਢੀ ਹੈ। ਉਹਨਾਂ ਨੇ ਕਾਂਗਰਸ ਦੇ ਨਰਾਜ਼ ਗਰੁੱਪ ਜੀ 23 ਨੂੰ ਮਨਾਉਣ ਦੀਆਂ ਸੋਨੀਆ ਗਾਂਧੀ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ। ਜਾਖੜ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਟਵੀਟ ਕਰਦਿਆਂ ਲਿਖਿਆ, "ਝੁੱਕ ਕੇ ਸਲਾਮ ਕਰਨ ਵਿੱਚ ਕੀ ਹਰਜ਼ ਐ? ਪਰ ਸਿਰ ਇੰਨਾ ਵੀ ਨਾ ਝੁਕਾਓ ਕਿ ਦਸਤਾਰ ਹੀ ਡਿੱਗ ਜਾਵੇ।" ਜਾਖੜ ਨੇ ਜੀ 23 ਦੇ ਆਗੂਆਂ ਨਾਲ ਮੀਟਿੰਗ ਸੰਬੰਧੀ ਅਖਬਾਰਾਂ ਦੀ ਹੈੱਡਲਾਈਨ ਵੀ ਟਵੀਟ ਕਰ ਦਿੱਤੀਆਂ ਨੇ। ਉਨਾ ਆਖਿਆ ਕਿ ਨਾਰਾਜ਼ ਲੋਕਾਂ ਨੂੰ ਬਹੁਤ ਜ਼ਿਆਦਾ ਤਵੱਜੋ ਦੇਣ ਨਾਲ ਨਾ ਸਿਰਫ ਰਤਵਾ ਕਮਜ਼ੋਰ ਹੁੰਦਾ ਸਗੋ ਉਸ ਨਾਲ ਬਗਾਵਤ ਨੂੰ ਹੋਰ ਬਲ ਮਿਲਦਾ ਇਸ ਨਾਲ ਕੈਟਰ ਦੀ ਨਾਰਾਜ਼ ਹੋਵੇਗਾ ਅਤੇ ਉਹਨਾਂ ਵਿੱਚ ਅਸਹਿਮਤੀ ਵੀ ਵਧੇਗੀ ਦੱਸਣਯੋਗ ਹੈ ਕਿ ਪੰਜਾਬ ਸਮੇਤ ਪੰਜਾਬ ਬਾਕੀ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 70 ਸੀਟਾਂ ਜਿੱਤਣ ਵਾਲੀ ਕਾਂਗਰਸ ਇਸ ਵਾਰ ਮਹਿਜ਼ 18 ਸੀਟਾਂ ਤੇ ਹੀ ਸੁੰਗੜ ਕੇ ਰਹਿ ਗਈ। ਇਸੇ ਤਰ੍ਹਾਂ ਬਾਕੀ ਚਾਰ ਸੂਬਿਆਂ ਵਿੱਚ ਵੀ ਕਾਂਗਰਸ ਦੀ ਕੋਈ ਕੋਈ ਕਰਾਰੀ ਹਾਰ ਤੋਂ ਬਾਅਦ ਜੇ 23 ਦੇ ਆਗੂਆਂ ਨੇ ਗਾਂਧੀ ਪਰਿਵਾਰ ਦੀ ਅਗਵਾਈ ਤੇ ਸਵਾਰ ਚੁੱਕੇ ਸਨ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਇਨ੍ਹਾਂ ਆਗੂਆਂ ਨਾਲ ਮੁਲਾਕਾਤ ਸ਼ੁਰੂ ਕੀਤੀ ਜਿਸ ਵਿੱਚ ਪੰਜਾਬ ਤੋਂ ਕਾਂਗਰਸ ਤੇ ਸੰਸਦ ਮੈਂਬਰ ਮਨੀਸ਼ ਦਿਵਾੜੀ ਵੀ ਸ਼ਾਮਲ ਹਨ। ਸੋਨੀਆ ਗਾਂਧੀ ਦੀ ਇਸ ਪਹਿਲ ਤੇ ਸੁਨੀਲ ਜਾਖੜ ਨੇ ਸਵਾਲ ਚੁੱਕੇ ਨੇ। ਪੋਲਸਥਾਨਾ ਮਜੀਠਾ ਨੇੜੇ ਕੱਤੂ ਨੰਗਲ ਰੋਡ ਤੇ ਬੀਤੀ ਰਾਤ ਇੱਕ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਲਾੜੀ ਪੁੱਤਰ ਸਾਬਕਾ ਸਰਪੰਚ ਕੁੰਨੜ ਸਿੰਘ ਵਾਸੀ ਪਿੰਡ ਵਡਾਲਾ ਜੋ ਕਿ ਕੱਤੂ ਨੰਗਲ ਰੋਡ ਮਜੀਠਾ ਵਿਖੇ ਚਿਕਨ ਦੀ ਦੁਕਾਨ ਕਰਦਾ ਸੀਗਾ। ਬੀਤੀ ਰਾਤ ਕੁਝ ਨੌਜਵਾਨ ਦੁਕਾਨ ਤੇ ਆਏ ਤੇ ਚਿਕਨ ਦੇ ਨਾਲ-ਨਾਲ ਬੱਚੀ ਮੀਟ ਖਾ ਕੇ ਖਾਦਾ ਅਤੇ ਬਾਅਦ ਵਿੱਚ ਪੈਸਿਆਂ ਦੇ ਲੈਣ ਦੇਣ ਤੋਂ ਤਕਰਾਰ ਹੋ ਗਿਆ। ਪਹਿਲਾਂ ਤਾਂ ਉਕਤ ਲੋਕ ਉੱਥੋਂ ਚਲੇ ਗਏ ਤੇ ਕੁਝ ਦੇਰ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸੋ ਕੇ ਆਈ ਜਿਨ੍ਹਾਂ ਦੇ ਆਉਂਦਿਆ ਹੀ ਕਰਨਜੀਤ ਸਿੰਘ ਲਾਡੀ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤਿੰਨ ਗੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਖਿਲਾਫ ਅੰਦਾਲਨ ਤੋਂ ਬਾਅਦ ਕਿਸਾਨਾਂ ਦਾ ਇੱਕ ਸਮੂਹ ਜਿੰਨਾਂ ਲਈ ਘਟੋਕਟ ਸਮਰਥਨ ਭੂਲਿਆਨੇ ਕਿ ਐਮਐਸਪੀ ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਇੱਕ ਨਵਾਂ ਮੋਰਚਾ ਬਣਾਇਆ ਮਹਾਰਾਸ਼ਟਰਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਅਤੇ ਸਵਾਭਿਮਾਨੀ ਪੱਖ ਦੇ ਆਗੂ ਰਜੂ ਸ਼ਟੀ ਨੇ ਕਿਹਾ ਕਿ ਇੱਥੇ ਵਕ ਵਕ ਕਿਸਾਨ ਜਥੇਬੰਦੀਆਂ ਦੀਆਂ ਮੇਟੀਆਂ ਵਿੱਚ ਐਮਐਸਪੀ ਗਾਰੰਟੀ ਕਿਸਾਨ ਮੋਰਚਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਤੋਂ ਵੀ ਐਮ ਸਿੰਘ ਹਰਿਆਣਾ ਤੋਂ ਰਾਮਪਾਲ ਜਾਟ ਪੰਜਾਬ ਤੋਂ ਬਲਰਾਜ ਸਿੰਘ ਝਾਰਖੰਡ ਤੋਂ ਰਾਜਾ ਰਾਮ ਸਿੰਘ ਸਮੇਤ ਕਈ ਕਿਸਾਨ ਆਗੂ ਹਾਜ਼ਰ ਹੋਏ ਕਰੋਨਾ ਵਾਇਰਸ ਦੀ ਲਾਗ ਦੇ ਲਗਾਤਾਰ ਘਟ ਹੁੰਦੇ ਮਾਮਲਿਆਂ ਦੇ ਮੱਦੇ ਨਜ਼ਰ ਕੇਂਦਰ ਮੰਤਰਾਲੇ ਨੇ 31 ਮਾਰਚ ਤੋਂ ਲਗਭਗ 2 ਸਾਲਾਂ ਬਾਅਦ ਕੋਵਿਡ-19 ਨਾਲ ਸੰਬੰਧਿਤ ਸਾਰੀਆਂ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮ ਲਾਗੂ ਰਹਿਣਗੇ ਕੇਂਦਰ ਸਰਕਾਰ ਨੇ 24 ਮਾਰਚ 2020 ਨੂੰ ਪਹਿਲੀ ਵਾਰ ਦੇਸ਼ 'ਚ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਡਿਜ਼ਾਸਟਰ ਮੈਨੇਜਮੈਂਟ ਐਕਟ ਯਾਨੀ 2015 ਦਿੱਤਾ ਹੈ ਤਾਂ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਅਤੇ ਸਮੇਂ-ਸਮੇਂ ਤੇ ਬਦਲਾਅ ਵੀ ਕੀਤੇ ਸਨ ਗੇਂਦਰੀ ਗ੍ਰੈਸ ਸਕੱਤਰ ਅਜੀਤ ਭੱਲਾ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਚ ਕਿਹਾ ਕਿ ਪਿਛਲੇ 24 ਮਹੀਨਿਆਂ ਚ ਗਲੋਬਲ ਮਹਾਮਾਰੀ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਬਿਮਾਰੀਆਂ ਦਾ ਪਤਾ ਲਗਾਉਣਾ ਨਿਗਰਾਨੀ ਕਰਨਾ ਸੰਪਰਕ ਟ੍ਰੇਸਿੰਗ ਇਲਾਜ ਟੀਕਾ ਕਰਨਾ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਆਦ ਸਮੇਤ ਕਈ ਅਹਿਮ ਕਦਮ ਚੁੱਕੇ ਗਏ ਹਨ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਹੁਣ ਆਮ ਲੋਕ ਕੋਵਿਡ-19 ਨਾਲ ਜੱਠਣ ਲਈ ਲੋੜਿੰਦੇ ਟੁਕਮੇ ਵਿਵਹਾਰ ਬਾਰੇ ਵੀ ਕਾਫੀ ਜਾਗਰੂਕ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੀ ਆਪਣੀਆਂ ਸਮਰੱਥਾਵਾਂ ਅਤੇ ਪ੍ਰਣਾਲੀਆਂ ਵਿਕਸਿਤ ਕੀਤੀਆਂ ਨੇ ਅਤੇ ਵਿਸ਼ਵਵਿਆਪੀ ਮਹਾਮਾਰੀ ਦੇ ਪ੍ਰਬੰਧਨ ਲਈ ਆਪਣੀਆਂ ਵਿਸਤ੍ਰਿਤ ਵਿਸ਼ੇਸ਼ ਯੋਜਨਾਵਾਂ ਨੂੰ ਲਾਗੂ ਕੀਤਾ ਹੈ ਪਿਛਲੇ 7 ਹਫ਼ਤਿਆਂ ਵਿੱਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਉਨ੍ਹਾਂ ਕਿਹਾ ਕਿ 22 ਮਾਰਚ ਨੂੰ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 23993 ਰਹਿ ਗਈ ਹੈ ਅਤੇ ਲਾਗ ਦੀ ਦਰ 0.28% ਦੀ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਦੇਸ਼ ਵਿੱਚ ਕੋਵਿਡ-19 ਵਿਰੁੱਧ ਟੀਕਿਆਂ ਦੀਆਂ 1,81,000 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਪੱਲਾ ਨੇ ਪੱਤਰ ਵਿੱਚ ਕਿਹਾ ਕਿ ਆਲਮੀ ਮਹਾਮਾਰੀ ਦੇ ਪ੍ਰਕੋਪ ਦੀ ਸਥਿਤੀ ਨੂੰ ਘਟ ਕਰਨ ਅਤੇ ਸਰਕਾਰ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਤੇ ਹੋਏ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਕੋਵਿਡ-19 ਰੋਕਥਾਮ ਉਪਾਵਾਂ ਲਈ ਡੀਐਮ ਐਕਟ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਪੱਲਾ ਨੂੰ ਕਿਹਾ ਕਿ ਲਾਗੂ ਨਿਯਮਾਂ ਦੀ ਮਿਆਦ 31 ਮਾਰਚ ਨੂੰ ਸਮਾਪਤ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਵਿੱਚ ਕੋਈ ਹੋਰ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਇੱਕ ਪ੍ਰਮੁੱਖ ਅਧਿਕਾਰੀ ਨੇ ਕਿਹਾ ਕਿ ਭਾਰਤ ਆਜ਼ਾਦ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਦੇ ਵਿਚਾਰ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਕਵਾਡ ਵਿੱਚ ਅਮਰੀਕਾ ਦਾ ਇੱਕ ਮਹੱਤਵਪੂਰਨ ਸਹਿਯੋਗੀ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਇੱਕ ਮੁੱਖ ਅਧਿਕਾਰੀ ਨੇ ਇਹ ਸਟੇਟਮੈਂਟ ਦਿੱਤੀ ਹੈ ਅਮਰੀਕਾ ਤੇ ਕਈ ਹੋਰ ਵਿਸ਼ਵ ਸ਼ਕਤੀਆਂ ਖੇਤਰ ਵਿੱਚ ਚੀਨ ਦੀਆਂ ਵੱਧਦੀਆਂ ਫੌਜੀ ਗਤੀਵਿਧੀਆਂ ਦੀ ਪਿੱਠਭੂਮੀ ਵਿੱਚ ਇੱਕ ਸੁਤੰਤਰ, ਬੁਖਤ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਵੀ ਦਿੱਤਾ ਗਿਆ। ਚੀਨ ਲਗਭਗ ਪੂਰੇ ਵਿਵਾਦਿਤ ਦੱਖਣੀ ਚੀਨ ਸਾਗਰ 'ਤੇ ਆਪਣਾ ਦਾਅਵਾ ਕਰਦਾ ਹੈ। ਹਾਲਾਂਕਿ ਤਾਈਵਾਨ, ਫਿਲੀਪੀਨ, ਬੁਰਨੇਈ, ਬਲਿਸ਼ੀਆ ਅਤੇ ਵਿਅਤਨਾਮ ਵੀ ਇਸ ਦੇ ਕੁਝ ਹਿੱਸਿਆਂ ਵਿੱਚ ਦਾਅਵਾ ਕਰਦੇ ਹਨ। ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਬਣਾਉਣੀ ਬਨੌਟੀ ਟਾਪੂ ਅਤੇ ਮਿਲਟਰੀ ਅਦਾਰੇ ਵੀ ਬਣਾਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਮੰਗਲਵਾਰ ਨੂੰ ਰੋਜ਼ਾਨਾ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਇਹ ਇੱਕ ਦੋ ਪੱਖੀ ਸਬੰਧ ਹੈ ਜੋ ਪਿਛਲੇ 25 ਸਾਲਾਂ ਵਿੱਚ ਕਈ ਮਹਿੰਗਾਈ ਮਾਇਨਾਂ ਵਿੱਚ ਡੁੱਗਾ ਹੋਇਆ ਹੈ ਇਹ ਦੋ ਪੱਖੀ ਆਦਤ ਤੇ ਵੀ ਸੰਭਵ ਹੋ ਸਕਦਾ ਹੈ ਪ੍ਰਾਈਸ ਨੇ ਕਿਹਾ ਕਿ ਇਹ ਜਾਰਜ ਡਬਲਯੂ ਬੁਸ਼ ਪ੍ਰਸ਼ਾਸਨ ਦੀ ਵਿਰਾਸਤ ਦਾ ਇੱਕ ਹਿੱਸਾ ਹੈ ਅਸੀਂ ਅਮਰੀਕਾ ਅਤੇ ਭਾਰਤ ਵਿਚਕਾਰ ਇਸ ਦੋਪੱਖੀ ਸਬੰਧਾਂ ਨੂੰ ਵਿਕਸਿਤ ਹੁੰਦੇ ਦੇਖਿਆ ਅਤੇ ਸਾਡੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਸਮੇਤ ਕਈ ਖੇਤਰਾਂ ਵਿੱਚ ਇਹ ਮਜ਼ਬੂਤ ਹੋਏ ਨੇ। ਉਹਨਾਂ ਕਿਹਾ ਕਿ ਇਹ ਤੱਤ ਹੈ ਕਿ ਅਸੀਂ ਭਾਰਤ ਦੇ ਸਹਿਯੋਗੀ ਹਾਂ। ਜਦੋਂ ਅਸੀਂ ਇੱਕ ਆਜ਼ਾਦ ਅਤੇ ਮੁਕਤ ਹਿੰਦ ਪਰਛਾਂਤ ਖੇਤਰ ਵਿੱਚ ਸਾਂਝੇ ਕੀਤੇ ਗਏ ਮੁੱਲਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਭਾਰਤ ਦੇ ਹਿੱਸੇਦਾਰ ਹਾਂ। ਅਸੀਂ ਆਪਣੀ ਰੱਖਿਆ ਅਤੇ ਸੁਰੱਖਿਆ ਦੇ ਸੰਦਰਭ ਵਿੱਚ ਇਸ ਸਬੰਧ ਵਿੱਚ ਨਿਵੇਸ਼ ਕੀਤਾ ਹੈ। ਇਸ ਲਈ ਹੁਣ ਅਸੀਂ ਭਾਰਤ ਦੇ ਪਸੰਦੀਦਾ ਹਿਤਾਸ਼ੀ ਪਾਈਵਾਲਾ ਹਾਂ। ਪ੍ਰਾਈਸ ਨੇ ਕਿਹਾ ਕਿ ਕਵਾਡ ਦਵੱਲੇ ਸਬੰਧਾਂ ਦੇ ਸੰਦਰਭ ਵਿੱਚ ਇੱਕ ਆਜ਼ਾਦ ਅਤੇ ਆਜ਼ਾਦ ਪ੍ਰਸ਼ਾਂਤ ਦੇ ਸਾਂਝੇ ਵਿਚਾਰਾਂ ਨੂੰ ਬਣਾਉਣ ਲਈ ਭਾਰਤ ਦਾ ਅੰਤ ਇੱਕ ਜ਼ਰੂਰੀ ਸਹਿਯੋਗ ਹੈ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹੈਲਰੀ ਕਲੈਂਟਨ ਕਰੋਨਾ ਵਾਇਰਸ ਨਾਲ ਗੰਮਣ ਦੀ ਜਾਂਚ ਵਿੱਚ ਪੋਜ਼ਿਟਿਵ ਪਾਈ ਗਈ ਹੈ ਉਨਾ ਟਵੀਟ ਕਰਦੇ ਹੋਏ ਲਿਖਿਆ ਮੈਕਰੋਨਾ ਜਾਂਚ ਵਿੱਚ ਪੋਜ਼ਿਟਿਵ ਪਾਈ ਗਈਆਂ ਹਲਕੇ ਲੱਛਣ ਨਾਲ ਮੈਂ ਠੀਕ ਮਹਿਸੂਸ ਕਰ ਰਹੀਆਂ ਮੈਂ ਇਸ ਗੱਲ ਦੀ ਸ਼ੁਕਰਗੁਜ਼ਾਰ ਹਾਂ ਕਿ ਕੋਰੋਨਾ ਵੈਕਸੀਨ ਇਸ ਗੰਭੀਰ ਬਿਮਾਰੀ ਖਿਲਾਫ ਸਾਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਇਸ ਲਈ ਕਿਰਪਾ ਕਰਕੇ ਆਪਣਾ ਟੀਕਾਕਰਨ ਕਰਾਓ ਅਤੇ ਬੂਸਟਰ ਡੋਜ਼ ਲਗਵਾਓ ਜੇਕਰ ਅਜੇ ਤੱਕ ਨਹੀਂ ਕਰਵਾਇਆ ਹੈ ਉਨਾ ਇਸ ਦੌਰਾਨ ਆਪਣੇ ਪਤੀ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਟੈਸਟ ਰਿਪੋਰਟ ਨੈਗੇਟਿਵ ਓਨ ਦੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਠੀਕ ਹਨ ਕਲਿੰਟਰ ਨੇ ਕਿਹਾ ਕਿ ਜਦੋਂ ਤੱਕ ਪੂਰਾ ਘਰ ਸਾਫ਼ ਨਹੀਂ ਹੋ ਜਾਂਦਾ ਉਦੋਂ ਤੱਕ ਉਹਨਾਂ ਨੂੰ ਖੁਦ ਇਕਾਂਤ ਵਾਸ ਕਰ ਲਿਆ ਹੈ ਅਜਿਹੇ ਵਿੱਚ ਜੇਕਰ ਫਿਲਮਾਂ ਦੇ ਸੁਝਾਅ ਦਿੱਤੇ ਜਾਣ ਤਾਂ ਇਸ ਦੀ ਸ਼ਲਾਘਾ ਕੀਤੀ ਜਾਵੇਗੀ ਹੈਲਰੀ ਕਲਿੰਟਨ ਦਾ ਇਹ ਟਵੀਟ ਵਾਈਟ ਹਾਊਸ ਦੀ ਪ੍ਰੈਸ ਕਟਰ ਜੇਨ ਸਾਕੀ ਦੇ ਇਹ ਐਲਾਨ ਕੀਤੇ ਜਾਣ ਦੇ ਘੰਟਿਆਂ ਬਾਅਦ ਆਇਆ ਹੈ ਉਹ ਦੂਜੀ ਵਾਰ ਕੋਵਿਡ ਪੋਜ਼ਿਟਿਵ ਪਾਈ ਗਈ ਹੈ ਐਸੀ ਹੁਣ ਤੱਕ ਦੀਆਂ ਖਬਰਾਂ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪੰਜਾਬ ਬੀਲ ਯੂ ਐਸ ਏ ਟੀ ਵੀ ਧੰਨਵਾਦ